ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਠੀਕ ਠਾਕ ਹੋ ਜੀ ਅੱਜ ਬੜੇ ਦਿਨ ਬਾਅਦ ਵਲੌਗ ਬਣਾਉਣ ਲੱਗੇ ਸੀਗੇ ਕਾਫੀ ਟਾਈਮ ਹੋ ਗਿਆ ਪਾਇਆ ਨਹੀਂ ਵਲੌਗ ਵੀ ਵਲੌਗ ਮੈਂ ਪਾਉਂਗਾ ਹੁਣ ਪਰ ਇੱਕ ਪਿਛਲਾ ਪੁਰਾਣਾ ਬਣਿਆ ਪਿਆ ਕਾਫੀ ਉਹ ਪਾਉਂਗਾ ਕਾਫੀ ਟਾਈਮ ਹੋ ਗਿਆ ਵਲੌਗਿੰਗ ਕੀਤੇ ਹੋਏ ਪਰ ਅੱਜ ਕਰਨ ਲੱਗੇ ਆ ਸਾਰੇ ਕਹਿਣ ਲੱਗੇ ਸੀ ਵਲੌਗ ਪਾਇਆ ਕਰ ਬਾਹਰੋਂ ਰਿਸ਼ਤੇਦਾਰ ਹੋਰ ਬਾਹਰਲਾ ਤਾਂ ਕੋਈ ਦੇਖਦਾ ਨਹੀਂ ਰਿਸ਼ਤੇਦਾਰ ਸਾਰੇ ਕਹਿਣ ਲੱਗੇ ਸੀਗੇ ਵੀ ਦਿਖਾਇਆ ਕਰੋ ਆਪਣਾ ਸ਼ਹਿਰ ਸਾਰਾ ਕੁਝ ਦਿਖਦਾ ਵਧੀਆ ਲੱਗਦਾ ਸਾਨੂੰ ਉਹ ਕਹਿੰਦਾ ਚਲੋ ਪਾ ਦਿੰਦੇ ਹਾਂ ਅੱਜ ਚੱਲੇ ਸੀਗੇ ਇੱਕ ਕੰਮ ਬੜਾ ਵਧੀਆ ਕੰਮ ਚੱਲੇ ਸੀਗੇ ਸਰਪ੍ਰਾਈਜ਼ ਆ ਉੱਥੇ ਜਾ ਕੇ ਦਿਖਾਵਾਂਗੇ ਤੁਹਾਨੂੰ ਉਹ ਕਲਿੱਪ ਕੱਟੀ ਗਈ ਵਿੱਚ ਬੈਟਰੀ ਦਾ ਉਹ ਆ ਗਿਆ ਸੀਗਾ ਮੈਂ ਰੋਕਤੀ ਫਿਰ ਹੁਣ ਦੁਬਾਰਾ ਬਣਾ ਰਿਹਾ ਦੱਸਣ ਲੱਗਿਆ ਸੀ ਮੈਂ ਅੱਜ ਆਪਣੇ ਨਾਲ ਮੈਂ ਨਹੀਂ ਚੱਲਿਆ ਵਕੀਲ ਸਾਹਿਬ ਵਕੀਲ ਬਣ ਗਿਆ ਇਹ ਕੋਈ ਕਿਸੇ ਨੇ ਕੇਸ ਲੜਨਾ ਕੁਛ ਕਰਨਾ ਹੈਲੋ ਸਤਿ ਸ੍ਰੀ ਅਕਾਲ ਤੋਂ ਬੁਲਾ ਦੇਗਾ ਸਾਰਿਆਂ ਨੂੰ ਤੇ ਆਪਣਾ ਕਿਸੇ ਦਾ ਕੇਸ ਕੂਸ ਹੈ ਕੋਈ ਕੁਛ ਵੀ ਹੈਗਾ ਤੁਸੀਂ ਕੰਟੈਕਟ ਕਰੋ ਇਹਨੂੰ ਤੇ ਇਹ ਤੁਹਾਨੂੰ ਜ਼ਰੂਰ ਗਾਈਡ ਕਰੂਗਾ ਵਕੀਲ ਸਾਹਿਬ ਹਾਈ ਕੋਰਟ ਦੇ ਵੀ ਹੁਣ ਇਹਨਾਂ ਨੇ ਬਣ ਜਾਣਾ ਮਹੀਨੇ ਤੱਕ ਇਹਨਾਂ ਨੂੰ ਉੱਥੋਂ ਵੀ ਲਾਇਸੈਂਸ ਮਿਲ ਜਾਣਾ ਫਿਰ ਆਫੀਸ਼ੀਅਲੀ ਵਕੀਲ ਅਨਾਊਂਸ ਹੋ ਜਾਣਾ ਇਹਨੇ ਅੱਜ ਦੇਖੋ ਜੀ ਤੁਹਾਨੂੰ ਦਿਖਾਉਂਦੇ ਹਾਂ ਨਾਕੇ ਨੁੱਕੇ ਖਾਸੇ ਲੱਗੇ ਹੋਏ ਆ ਪਰ ਪਤਾ ਨਹੀਂ ਚੱਕਰ ਕੀ ਆ ਪਿੱਛੇ ਵੀ ਇੱਕ ਨਾਕਾ ਲੰਘਿਆ ਏ ਤੇ ਉਰੇ ਵੀ ਇੱਕ ਨਾਕਾ ਹੈ ਨਾਕੇ ਤੇ ਨਾਕਾ ਵਕੀਲ ਸਾਹਿਬ ਆਪਣੇ ਨਾਲ ਨੇ ਡਰਨ ਦੀ ਸਾਨੂੰ ਲੋੜ ਨਹੀਂ ਤੇ ਤੁਹਾਨੂੰ ਦਿਖਾ ਦਿੰਦੇ ਹਾਂ ਨਾਕਾ ਸਾਰੇ ਦੇਖ ਲਓ ਨਾਕੇ ਤੇ ਨਾਕੇ ਨਾਕੇ ਤੇ ਨਾਕਾ ਇੱਧਰ ਫੌਜੀ ਖੜੇ ਨੇ ਇਹਨਾਂ ਨੂੰ ਹਿਲਾਉਣ ਦੀ ਜ਼ਰੂਰਤ ਨਹੀਂ ਪੁਲਿਸ ਵਾਲਿਆਂ ਦੀ ਵੀ ਇਹਨਾਂ ਨੂੰ ਕਹਿ ਦੇ ਟਰੱਕ ਪਿੱਛੇ ਕਰ ਲਓ ਕਿ ਨਹੀਂ ਮੈਨੀ ਇਹਨਾਂ ਨੇ ਤਾਂ ਜਦੇ ਸਿੱਧੀ ਕਰ ਦੇਣੀ ਹੈ ਕਿਸੇ ਤਾਲੀ ਇਹਨਾਂ ਨੂੰ ਕਾਹਦਾ ਡਰ ਤੇ ਦਿਖਾਉਂਦੇ ਹਾਂ ਅੱਜ ਖਾਸੇ ਟਾਈਮ ਬਾਅਦ ਦਿਖਾਉਣ ਲੱਗਿਆ ਤੁਹਾਨੂੰ ਤੇ ਐਜ਼ ਯੂਜ਼ੁਅਲ ਚੰਡੀਗੜ੍ਹ ਚੱਲੇ ਆ ਤੇ ਸਭ ਤੋਂ ਪਹਿਲਾ ਰੁਟੀਨ ਹੁੰਦਾ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਆਪਣੀ ਪੰਪ ਤੇ ਬ੍ਰੇਕ ਵੱਜਣੀ ਹੁੰਦੀ ਹੈ ਤੇ ਉਹ ਆਪਾਂ ਹੁਣ ਮਾਰਾਂਗੇ ਕਿਉਂਕਿ ਤੇਲ ਬਾਲਾ ਘੱਟ ਹੈ ਜੇ ਥੋੜਾ ਬਹੁਤਾ ਹੁੰਦਾ ਫਿਰ ਆਪਾਂ ਸੋਚ ਸਕਦੇ ਸੀ ਚੰਡੀਗੜ੍ਹ ਜਾ ਕੇ ਪਾਉਣ ਦੀ ਪਰ ਚੰਡੀਗੜ੍ਹ ਜੇ ਪਵਾਵਾਂਗੇ ਪੰਪ ਥੋੜਾ ਉੱਧਰਲੇ ਪਾਸੇ ਆ ਦੂਜੇ ਪਾਸੇ ਜਿੱਥੇ ਅਸੀਂ ਜਾਣਾ ਉੱਥੋਂ ਤਾਂ ਕਰਕੇ ਆਪਾਂ ਤੁਹਾਨੂੰ ਇੱਥੇ ਹੀ ਪਵਾ ਕੇ ਚੱਲਦੇ ਹਾਂ ਤੇਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਓ ਤੁਸੀਂ ਵੀ ਭਾਵੇਂ ਕਰਦੀ ਹੈ ਆ ਲਓ ਜੀ ਪੰਪ ਆ ਗਿਆ ਤੇਲ ਪਾ ਕੇ ਮਿਲਦੇ ਹਾਂ ਤੁਹਾਨੂੰ ਇੰਡੀਕੇਟਰ ਦੇ ਕੇ ਫਿਰ ਮੋੜਨੀ ਆ ਗੱਡੀ ਲਓ ਜੀ ਤੇਲ ਪਵਾ ਲਿਆ ਆਪਾਂ ਟੈਂਕੀ ਫੁੱਲ ਕਰਾ ਲਈ ਤੁਰ ਪਏ ਤੇ ਹੁਣ ਰਸਤੇ ਤੱਕੀ ਵਲੌਗ ਬਣਾਊਂਗਾ ਹਨਾ ਉੱਥੇ ਜਾ ਕੇ ਬਣਾਵਾਂਗੇ ਰਸਤਾ ਤੁਹਾਨੂੰ ਖਾਸੀ ਵਾਰ ਦਿਖਾਤਾ ਚੰਡੀਗੜ੍ਹ ਦਾ ਤੁਸੀਂ ਤੁਹਾਨੂੰ ਵੀ ਯਾਦ ਹੋ ਗਿਆ ਹੋਣਾ ਇੱਕ ਇੱਕ ਖੱਡਾ ਯਾਦ ਹੋ ਗਿਆ ਹੋਣਾ ਸਾਰੀ ਸੜਕ ਦਿਖਾਈ ਹੋਈ ਆ ਚੰਗੀ ਤਰ੍ਹਾਂ ਸਭ ਤੋਂ ਪਹਿਲੀ ਜਦੋਂ ਵਲੌਗਿੰਗ ਸਟਾਰਟ ਕੀਤੀ ਸੀਗੀ ਵਲੌਗਿੰਗ ਨੇ ਨਹੀਂ ਸਟਾਰਟ ਕੀਤੀ ਸੀਗੀ ਉਦੋਂ ਮੈਂ ਉਹ ਵੀਡੀਓ ਪਾਈਆਂ ਸੀ ਦੋ ਦਿਨ ਵੀ ਬੋਲੇ ਬਿਨਾ ਸਿਰਫ ਰੂਟ ਦੀਆਂ ਵੇ ਟੂ ਮਤਲਬ ਚੰਡੀਗੜ੍ਹ ਦਾ ਰੂਟ ਦਿਖਾਇਆ ਸੀ ਐਵੇਂ ਉੱਥੇ ਮੈਂ ਚੰਗੀ ਤਰ੍ਹਾਂ ਦਿਖਾਇਆ ਚੰਡੀਗੜ੍ਹ ਦਾ ਰੂਟ ਇੱਕ ਇੱਕ ਚੀਜ਼ ਦਿਖਾਈ ਹੋਈ ਆ ਮੋਹਾਲੀ ਤੱਕ ਦੀ ਚੰਡੀਗੜ੍ਹ ਤੱਕ ਦੀ ਇੱਥੋਂ ਯਮੁਨਾਨਗਰ ਤੋਂ ਘਰੋਂ ਏ ਟੂ ਜੈਡ ਉਹ ਦੇਖ ਲਿਓ ਜੇ ਕਿਸੇ ਨੇ ਦੇਖਣੀ ਹੋਈ ਤੇ ਬਾਕੀ ਵਕੀਲ ਸਾਹਿਬ ਨਾਲ ਕੰਟੈਕਟ ਜ਼ਰੂਰ ਕਰਨਾ ਸਾਰਿਆਂ ਨੇ ਨੰਬਰ ਮੈਂ ਵਕੀਲ ਸਾਹਿਬ ਦਾ ਮੈਂਸ਼ਨ ਕਰ ਦੂੰਗਾ ਥੱਲੇ ਤੇ ਗਾਈਡ ਕਰ ਦਿਓ ਬਾਕੀ ਬੈਠ ਲਓ ਹਾਲੇ ਫਿਲਹਾਲ ਹਾਂ ਗਾਈਡ ਕਰ ਦਿਓ ਹਾਂ ਵਕੀਲ ਬਣ ਗਿਆ ਨਾ ਜਹਾਂ ਡਰ ਲਾ ਕੇ ਮੈਨੂੰ ਕੁਝ ਲੋਕਾਂ ਦੇ ਕੇਸ ਕਿੱਦਾਂ ਲੜੂੰਗਾ ਮੈਂ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਅੱਗੇ ਚੱਲ ਕੇ ਤੇਰੇ ਕੋ ਮੇਰੀ ਡਰਾਈਵਿੰਗ ਵਿੱਚ ਯਕੀਨ ਨਹੀਂ ਹੈ ਕਿਆ ਦੂਸਰਾ ਕਿ ਵੀ ਨਹੀਂ ਹੈ ਨਾ ਅੱਛਾ ਦੂਸਰਾ ਵੀ ਨਹੀਂ ਫਿਰ ਠੀਕ ਹੈ ਫਿਰ ਲਾ ਲੈਂਦੇ ਆਪਾਂ ਚਲੋ ਜੀ ਮਿਲਦੇ ਹਾਂ ਹੁਣ ਤੁਹਾਨੂੰ ਚੰਡੀਗੜ੍ਹ ਪਹੁੰਚ ਕੇ ਜੀ ਆ ਕੰਮ ਵਾਸਤੇ ਆਏ ਜੀ ਚੰਡੀਗੜ੍ਹ ਤੁਹਾਨੂੰ ਹੁਣ ਦੱਸ ਦਈਏ ਇਹ ਦੋ ਫਾਈਨਲ ਕੀਤੇ ਸੀ ਠੀਕ ਹੈ ਇੱਕ ਇਹ ਹਾਂਜੀ ਅਗਲੇ ਵਾਲਾ ਹਾਂਜੀ ਤੇ ਫਾਈਨਲ ਹੁਣ ਅਗਲੇ ਵਾਲਾ ਕਰਤਾ ਉਹ ਜ਼ਿਆਦਾ ਪਸੰਦ ਆਇਆ ਉਹ ਲਵਾਵਾਂਗੇ ਹੁਣ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਸਾਰਾ ਪਹਿਲੇ ਉਧਰ ਜਾ ਤੇ ਵਕੀਲ ਖੜਾ ਕਿਆ ਲੱਗਾ ਤੇਰੇ ਕੋ ਮੈਨੂੰ ਪੈਂਟ ਪਸੰਦ ਆਇਆ ਮੈਨੂੰ ਇਹਨੇ ਪਸੰਦ ਕੀਤਾ ਵਕੀਲ ਨੇ ਇਹ ਸਰਪ੍ਰਾਈਜ਼ ਸੀ ਸਰਪ੍ਰਾਈਜ਼ ਖੋਲਤਾ ਬਾਕੀ ਤੁਹਾਨੂੰ ਲੱਗ ਜਾਣ ਫਿਰ ਦਿਖਾਉਂਦੇ ਆ ਸਾਰੇ ਚਲੋ ਮਿਲਦੇ ਆ ਥੋੜ੍ਹੀ ਦੇਰ ਤੱਕ ਬਾਕੀ ਤੁਹਾਨੂੰ ਸਾਰੀਆਂ ਵਰਾਇਟੀਆਂ ਦਿਖਾਉਂਦਾ ਮੈਂ ਸਾਰੀਆਂ ਪਸੰਦ ਕੀਤੀਆਂ ਬਾਕੀ ਜੇ ਮੇਰੀ ਦਿਲ ਦੀ ਜਿਹੜੀ ਹੈ
ਜਿੱਦਾਂ ਆਪਣੇ ਕੋਲ ਚੋਇਸ ਸੀ ਆਪਾਂ ਟਾਇਰ ਪਹਿਲਾਂ ਪਵਾ ਲਏ ਸੀ ਯੋਕੋਹਾਮਾ 285 ਤਾਂ ਉਹ 'ਚ 18 ਇੰਚੀ ਅਲਾਇ ਆਉਂਦਾ ਤਾਂ ਇਹ 18 ਇੰਚੀ ਨੇ ਜਿਹੜੇ ਆ ਪਏ ਨੇ ਇਹ ਸਾਰੇ ਪਰ ਇਹਨਾਂ 'ਚੋਂ ਅੱਧਿਆਂ ਦੀ ਜ਼ਿਆਦਾ ਦੀ ਇਹ ਜਿੱਦਾਂ ਆਹ ਲਾਈਨ ਤੱਕ ਉਰੇ ਤੱਕ ਹੈ ਇੱਧਰ ਇਹ ਸਾਰੇ ਬੀ ਨੇ ਇਹ ਨੇ ਇਹਨਾਂ 'ਚ ਇੱਕ ਦਿੱਕਤ ਹੈ ਸਾਰੇ ਅਲਾਇਆਂ 'ਚ ਇਹਦੇ 'ਚ ਕੀ ਹੁੰਦਾ ਜਿੱਦਾਂ ਅਲਾਏ ਪਵਾਉਣੇ ਨੇ ਨਾ ਅਤੇ ਇਹਨਾਂ 'ਚ ਜ਼ਿਆਦਾ ਕੀ ਹੈ ਪੇਅਰ ਨੇ ਜਿੱਦਾਂ 4 ਪੀਸ ਨੇ 4 ਅਤੇ 5 ਨਹੀਂ ਹੈਗੇ ਹੁਣ ਥਾਰ 'ਚ 5 ਪੈਂਦੇ ਨੇ ਸਟੱਪਣੀ ਹੋ ਗਈ ਇਹਦੇ ਨੇ ਗੱਡੀਆਂ ਵਾਸਤੇ ਕਰੇਟਾਂ ਕਰੂਟਾਂ ਇੱਦਾਂ ਦੀ ਵੀ 4 ਪੀਸ ਤਾਂ ਕਰਕੇ ਇੱਕ ਇਹ ਵੀ ਦਿੱਕਤ ਸੀ ਤਾਂ ਐਂਡ 'ਚ ਜਾ ਕੇ ਆਪਾਂ ਉਹ ਪਸੰਦ ਕੀਤਾ ਅਤੇ ਹੋਰ ਵੀ ਪਏ ਨੇ ਤੁਹਾਨੂੰ ਦਿਖਾ ਦਾਂਗਾ ਦੇਖੋ ਅਤੇ ਸਭ ਤੋਂ ਜੇ ਮੇਰੀ ਦਿਲ ਦੀ ਗੱਲ ਹੈ ਜਿਹੜੀ ਇਹ 20 ਵਾਲੇ ਜਿਹੜੇ 20 ਇੰਚ ਨੇ ਬਾਲੇ ਵਧੀਆ ਲੱਗਦੇ ਨੇ ਪਰ ਇਹਦੇ 'ਚ ਮੇਰੇ ਟਾਇਰ 'ਚ ਨਹੀਂ ਆਉਂਦੇ ਅਸੀਂ ਇਹ 'ਚ ਫਾਈਨਲਾਈਜ਼ ਕਰਤਾ ਸੀਗਾ ਵੀ ਇਹਦੇ 'ਚ ਆਪਾਂ ਪਵਾਵਾਂਗੇ ਇਹਦੇ 'ਚ ਕਿਹੜੇ ਫਾਈਨਲ ਕੀਤੇ ਸੀ ਭੁੱਲ ਗਿਆ ਮੈਂ ਇੱਕ ਤਾਂ ਆਹ ਕਰੋਮ ਜਿਹਾ ਪਿਆ ਆਹ ਇੱਕ ਪਸੰਦ ਕੀਤਾ ਸੀ ਕਿਹੜਾ ਪਸੰਦ ਕੀਤਾ ਸੀ ਸ਼ਾਇਦ ਆਹ ਕੀਤਾ ਸੀ ਇੱਕ ਹੋਰ ਪਸੰਦ ਕੀਤਾ ਸੀ ਉਹ ਬਾਹਰ ਲੈ ਗਏ ਉਹਨਾਂ ਦਾ ਬਾਹਰ ਪਏ ਨੇ 2 ਲਾਏ ਹੋਰ ਸੀਗੇ ਜਿਹੜੇ ਫਾਈਨਲ ਕੀਤੇ ਸੀਗੇ ਉਹ ਪਵਾ ਕੇ ਆਪਾਂ ਦੇਖਣਾ ਸੀ ਵੀ ਕਿੱਦਾਂ ਲੱਗਦਾ ਵਧੀਆ ਲੱਗਦਾ ਨਹੀਂ ਲੱਗਦਾ ਫਿਰ ਮੁੜ ਕੇ ਇੱਕ ਦਮ ਯਾਦ ਆਇਆ ਵੀ ਇਹ 20 ਤਾਂ ਆਉਣੇ ਨੇ ਟਾਇਰ ਵੀ ਬਦਲਵਾਉਣੇ ਪੈਣੇ ਟਾਇਰ ਨੇ ਨਵੇਂ ਹੁਣ ਤਾਂ ਕਰਕੇ ਹੁਣ ਅਗਲੀ ਵਾਰ ਕੀ ਕਰਾਂਗੇ ਅਗਲੀ ਵਾਰ ਕਰਾਂਗੇ ਜਦੋਂ ਦੇਖੀਏ ਦੇਖਾਂਗੇ 2 ਸਾਲ ਬਾਅਦ 3 ਸਾਲ ਬਾਅਦ ਫਿਰ 20 ਇੰਚੀ ਪਵਾਵਾਂਗੇ ਵਧੀਆ ਲੱਗਣਗੇ ਅਤੇ ਹੁਣ ਤੁਹਾਨੂੰ ਆਹੀ ਸਰਪ੍ਰਾਈਜ਼ ਸੀ ਇਹੀ ਕਰਨ ਆਏ ਸੀਗੇ ਸਵੇਰੇ ਅੱਜ ਉੱਥੇ ਤਿਆਰ ਹੋਇਆ ਫੈਕਟਰੀ ਚੱਲਿਆ ਸੀ ਮੈਂ ਕਿਹਾ ਚੱਲ ਫੈਕਟਰੀ ਜਾਵਾਂ ਵਲੋਗ ਦੀ ਵੈਸੇ ਸੀਗੀ ਨਹੀਂ ਕੋਈ ਵੀ ਬਣਾਉਂਗਾ ਐਵੇਂ ਸੀਗਾ ਵੀ ਵਲੋਗ ਪਿਛਲਾ ਪਾਊਂਗਾ ਜਿਹੜੇ ਬਣੇ ਪਏ ਨੇ ਕਾਫੀ ਟਾਈਮ ਪਹਿਲਾਂ ਦੇ ਉਹਨੂੰ ਫਿਰ ਇੱਕਦਮ ਪਾਪਾ ਨੇ ਕਹਿੰਦੇ ਫਿਰ ਤੂੰ ਇਲਾਜ ਪਵਾਇਆ ਜਾ ਕੇ ਮੈਂ ਕਿਹਾ ਹੈ ਕਦੇ ਇਲਾਜ ਪਵਾਇਆ ਮੈਂ ਕਿਹਾ ਵਾਹ ਫੈਕਟਰੀ ਕੀ ਹੋ ਗਿਆ ਅੱਜ ਪਰ ਮੈਂ ਖਾਸੇ ਦਿਨ ਪਹਿਲਾਂ ਗਿਆ ਸੀ ਉਦੋਂ ਕਹਿੰਦੇ ਸੀ ਕੋਈ ਪਵਾ ਲਈ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕਿਹਾ ਪਵਾ ਲਈ ਉਸ ਤੋਂ ਬਾਅਦ ਮੈਂ ਵੀ ਨਹੀਂ ਫਿਰ ਉਹ ਕੀਤਾ ਉਹਨਾਂ ਨੇ ਮੈਂ ਕਿਹਾ ਕਹਿ ਤਾਂ ਦਿੱਤਾ ਪਾਪਾ ਨੇ ਪਵਾ ਲਈ ਵੀ ਉਹਦਾ ਜਦੋਂ ਮਰਜ਼ੀ ਪਵਾ ਲਈਏ ਫਿਰ ਅੱਜ ਇੱਕਦਮ ਆਪਣੇ ਕਹਿਣਾ ਜਾਂ ਪਵਾਇਆ ਮੈਂ ਕਿਹਾ ਹੈ ਮੈਂ ਮੈਨੇਜਰ ਨੂੰ ਫੋਨ ਕੀਤਾ ਇਹ ਵਿਹਲਾ ਸੀ ਇਹਦੇ ਇਲੈਕਸ਼ਨ ਹੈ ਕੱਲ੍ਹ ਨੂੰ ਕੋਰਟ 'ਚ ਛੁੱਟੀ ਸੀ ਮੈਂ ਕਿਹਾ ਆ ਜਾ ਮੈਨੇਜ ਭਾਈ ਚੱਲੀਏ ਅਤੇ ਆ ਕੇ ਫਿਰ ਹੁਣ ਬਾਕੀ ਤੁਹਾਨੂੰ ਮਿਲਦੇ ਹਾਂ ਸਾਰੇ ਚਲੋ ਜੀ ਆ ਗਿਆ ਇਹ ਹੈਗਾ ਚੰਡੀਗੜ੍ਹ ਇੰਡਸਟਰੀਅਲ ਏਰੀਏ 'ਚ ਬਤਰਾ ਟਾਇਰ ਕਰਕੇ ਪਹਿਲਾਂ ਵੀ ਇੱਥੋਂ ਗੱਡੀਆਂ ਦੇ ਟਾਇਰ ਉਰੋਂ ਹੀ ਪਵਾਏ ਨੇ ਸਾਰੇ ਤੁਹਾਡੇ ਗੱਡੀਆਂ ਖੜੀਆਂ ਉਰੇ ਪਹਿਲਾਂ ਇੰਨੀ ਭੀੜ ਨਹੀਂ ਸੀ ਇਹਦਾ ਤਾਂ ਪਹਿਲਾਂ ਨਾ ਕਿਤੇ ਹੋਰ ਹੁੰਦਾ ਸੀ ਫਿਰ ਇਹਨਾਂ ਨੇ ਉਰੇ ਬਣਾ ਲਿਆ ਉਰੇ ਇਹਨੂੰ ਭੀੜ ਦਿੰਦੀ ਸੀ ਪਹਿਲਾਂ ਹੁਣ ਭੀੜ ਹੈ ਫੋਰਚੂਨਰ ਦੇ ਵੀ ਟਾਇਰ ਉਰੇ ਪਵਾਏ ਸੀ ਅਤੇ ਜੀਪ ਦੇ ਵੀ ਹੁਣ ਲਾਏ ਵੀ ਉਰੇ ਪਵਾਉਣ ਆਏ ਆ ਬਾਕੀ ਇੱਕ ਨਿਬੇੜ ਲਿਆ ਕੰਮ ਫਿਰ ਤੁਹਾਨੂੰ ਮਿਲਦੇ ਜਾਂਦੇ ਵਾਪਸ ਲਓ ਜੀ ਹੋ ਗਏ ਸ਼ੁਰੂ ਪੈਣੇ ਆਪਣੇ ਪੈ ਗਏ 2 ਸਟੱਪਣੀ ਗਲਾ ਵੀ ਪੈ ਗਿਆ ਜੀ ਸਟੱਪਣੀ ਦੇ ਮੋਢਲਾ ਟਾਇਰ ਰਹਿ ਗਿਆ ਹੁਣ ਉਹ ਵੀ ਪੈ ਜੇ ਫਿਰ ਦਿਖਾਉਂਦੇ ਹਾਂ ਫਾਈਨਲ ਟਾਇਰ ਪੈ ਗਏ ਆਪਣੇ ਅਲਾਈਨਮੈਂਟ ਹੋ ਰਹੀ ਹੈ ਹੁਣ ਬਾਕੀ ਟਾਇਰ ਕਹਿੰਦਾ ਲਾਏ ਬਾਕੀ ਕਮੈਂਟ ਕਰਕੇ ਤੁਸੀਂ ਦੱਸਣਾ ਸਾਰਿਆਂ ਨੇ ਕਿੱਦਾਂ ਲੱਗੇ ਠੀਕ ਹੈ ਜੀ ਜ਼ਰੂਰ ਦੱਸਿਓ ਜੀ ਤੁਰ ਪਏ ਆਪਾਂ ਬਸ ਮਸਾਂ ਹੀ ਤੁਰੇ ਬਸ ਕੀ ਦੱਸੀਏ ਕੀ ਹੀ ਹੋਇਆ ਦੇਖੋ ਦਿਨ ਢਹਿ ਢਲ ਗਿਆ ਰਾਤ ਹੋਣ ਵਾਲੀ ਹੋ ਗਈ ਜਦੋਂ ਦੇਖ ਲਓ ਪਹਿਲਾਂ ਦਿਨੇ ਆਏ ਸੀ ਅਸੀਂ ਸਵੇਰੇ ਜੇ ਕੀ ਟਾਈਮ ਹੋ ਗਿਆ ਬਹੁਤ ਟਾਈਮ ਲੱਗ ਗਿਆ ਕੁਛ ਮਾੜਾ ਜਿਹਾ ਵਿਹਲੇ ਤਾਂ ਕਦੋਂ ਦੇ ਹੋ ਗਏ ਫਿਰ ਕੁਛ ਆ ਗਿਆ ਕੰਮ ਫਿਰ ਕੁਛ ਆ ਗਿਆ ਤੁਰਨ ਲੱਗੇ 2 ਵਾਰ ਤੁਰਦੇ ਰੁਕੇ ਹੁਣ ਤੁਰੇ ਫਾਈਨਲੀ ਸ਼ੁਕਰ ਹੈ ਤੁਰ ਪਏ ਇਹਦਾ ਤਾਂ ਬੁਰਾ ਹਾਲ ਹੋ ਗਿਆ ਮੈਂ ਠੀਕ ਹੈ ਅਤੇ ਹੁਣ ਆਪਾਂ ਜਾਣਾ ਪੰਚਕੂਲੇ ਉੱਥੋਂ ਲੈਣਾ ਘਰੋਂ ਫੋਨ ਆਇਆ ਸਮਾਨ ਲੈਣਾ ਦਵਾਈਦਰ ਦਾ ਵੀ ਦੇਖਾਂਗੇ ਸਮਾਨ ਅਤੇ ਮੈਕਡੀ ਲੈ ਕੇ ਜਾਣਾ ਇੱਕ ਫਿਰ ਚਲੋ ਮਿਲਦੇ ਹਾਂ ਤੁਹਾਨੂੰ ਅੱਗੇ ਚੱਲ ਕੇ ਗੱਡੀ ਚਲਾ ਲਈਏ ਜੀ ਆਪਾਂ ਤੁਰ ਪਏ ਉੱਥੋਂ ਟਾਇਰ ਪਵਾ ਕੇ ਤਾਂ ਤੁਰ ਪਏ ਸੀਗੇ ਅਤੇ ਉਸ ਤੋਂ ਬਾਅਦ ਗਏ ਆਪਾਂ ਪੰਚਕੂਲੇ ਤੋਂ ਆਪਾਂ ਲਿਆ ਸੀ ਮੈਕਡੀ ਵਗੈਰਾ ਮੈਕਡੀ 'ਚ ਮੈਂ ਵਲੋਗ ਕਰਨਾ ਭੁੱਲ ਗਿਆ
भुल भी की गया, उत्थे भीड़ भी नहीं सी, तुहानू पता ही है भीड़ च मेरे तो व्लॉग करे फोन नहीं चक्या जांदा, वीडियो बनाई नहीं जांदी, तां करके उत्थे बनाया नहीं। फिर उस तो बाद सवेर दा हुण खाधा आ मैकड़ी पिया लैके जाना सी, ते एक वाइजर दा वाइजर दी टी शर्ट जी लैनी सी, स्वैटर लैना सी, स्वैटर तां मिलिया नहीं, आ टी शर्ट मिल गई, बड़ा सोहना जिहा रंग लग्या मैनूं, आ मैं लै ली। फिर आ लैण के हुण फ्री होके हुण वापस चले आपां, ते तुसीं सारे जणे सपोर्ट करिया करो पूरी, ते होर अगे वध तों वध शेयर करिया करो, ब्लॉग नूं भेजिया करो अगे होर भरावां नूं, अपने भैणां नूं, सारे जणे मिल के सपोर्ट करो, फिर होर वधिया ब्लॉग लैके आऊंगा तुहाडे वास्ते, होर वधिया बनाऊंगा। तुसीं सपोर्ट नहीं करते, विच गैप तां पै गया, उह तां चलो गलती है मेरी, बाकी हुण नहीं पैण दिंदे गैप, उस तरह तड़का मचक देना, बस तुसीं सपोर्ट करनी है पूरी, तुसीं टका के चैनल नूं सबसक्राइब करो वध तों वध, जिन्ना कर सकते हो वीडियो लाइक करिया करो, तो कमेंट करके दस्या करो कि लगी वीडियो चंगी तरह। तो पिछे आ गड्डी च रिम रुम पे ने जो चमक रहे हैं, रिम अलॉय जी जे पे से पहला पुराने वो नाल ही चक लिया आप, उतों बड़ा पंगा पिया, तो दो तीन बार तुरते तुरते रुके, उत्थे बहुत टाइम लग गया। मैनू तो ऐ सीगा भी आप टाइम सिर फ्री हो के तुर पवेंगे, पर कितने टाइम सिर तुर पवेंगे, ओही टाइम हो गया दोबारा। तो हुण चलिए आप वापस, तो टायर एक टायर जरूर दस्सो सारे जने किदां लगे, सारिआं नूं सोहणे लगे किदां लगे सारिआं ने जरूर दस्सणा। तो पेंचर हो गया सी टायर, उन्होंने हवा भरी, अगला पसेंजर साइड वाला टायर है जिहड़ा ओह पेंचर हो गया सीगा, हवा निकल गई, मैं कहा लै बई इन्होंने जरा पाया लोया लोया जा रिम जहा इस कि बैंड है, मैं कहा लै भी हो गया काम, जी हवा निकल गई, पर नहीं किल वजी हुई सी, किल भी ना तुहानू की दसा कि वजी सी, मैं उत्थे ब्लॉग बना दिमाग च नहीं आया मेरे ब्लॉग बनावा, किल ना ए सीधी नहीं वजी हुई सी, बिच जाए सीधी वजदी ए नहीं, किल ए टेढ़ी चढ़ी हुई सी, ए टेढ़ी ए पूरा टायर ए टेढ़ा पाड़िया होया सी, उपरों दिख रही सी पूरी किल ए बड़ी हुई, ए बड़ी हुई सी ए टेढ़ी जमा। तो बाकी हूँ घर जाके मिलते हैं, तुम बह दुखन लग गई बड़ी ज्यादा, फोन फड़ के इन्नी देर, तो देखो जी ढाबे ढूबे जड़े आने टायर दिख रहा, थोड़ा थोड़ा दिख रहा हो शायद तुम्हें भी सोहना लगता, माड़ा माड़ा चलता दिसदा टायर संतुष्टि जी मिलती है। ढाबे आए दो चार जड़े आते हैं, फिर अगे तो थोड़े बहुत ढाबे आने, उरे उरे ढाबे आने, बस आ जे आए हैं जो आप पंचकूला टपते हैं बरवाले तो पहला, नहीं हाँ बरवाले तो पहला ते बस एक सपोर्ट जरूर करया करो सारे जने, चैनल नू वध तों वध सपोर्ट दो, तुसीं फिर मजा भी आउंदा ब्लॉगिंग करन दा, होर वधिया वधिया बाहर जांदा बंदा, घूम के आउंदा कितें दिखा के आउंदा नवीं नवीं चीज़ां, उह तां ही हुंदा जे तुसीं करोगे, वध तो वध अगे भी भेजा करो, शेयर कर दिया करो, जिन्ने प्लेटफॉर्म है अजकल तो प्लेटफॉर्म भी बड़े ने जिते बंदा शेयर कर सकता, सारिया दे कर दिया करो टका के, फिर ही मजा है, फिर हौसला जहा मिलता थोड़ा थोड़ा कि वध हौसला मिलता, तुसी कर दिया करो बस चक दिया करो कम, फिर तुहानू मिलते हैं अज हुण ब्लॉग पा देना, अज एक अज जां कल च आ जाऊगा, एक ब्लॉग पुराना बनिया पिया सी ते आ तां मैं अज ही बना रहा, अज चंडीगढ़ गए सीगे, ते चलो हुण मिलदे आ तुहानू घरे पहुंच के। लो देखो तुसी इधर कोल्ड ड्रिंक चलन डई है, कोल्ड ड्रिंक आदी मिठास ही है, गैस तो है ही नहीं, मिठा पी रहे बस चिन्नी पाई हुई है विच स्प्राइट दे ते चलो मिलदे आ तुहानू हुण, क्या कह रहा मैं, बाय बाय बाय, मिलते हैं हूँ घरे चल गए, ठीक है जी। लो जी ब्लॉग करना भुल गया मैं, मैन्यू नूं मैं तार आया, मैं नहीं उतर गया इधर, तो बर्गर बर्गर कहना रैप बह गए, तो तार आया उत्थे बनाउणी भुल गया मैं, वीडियो ब्लॉग बनाउणा भुलिया, तो हुण याद आया भी ब्लॉग भी तो करना सी, मैन्यू नूं तारता ऐनक लाइया निगाह दियां, ना सोचो भी निगाह दियां ओदियां, रात नूं जिहड़ी ओह लाइट पैंदी है क्यों ਗਲਾਸ ਇਹ ਪਤਾ ਨਹੀਂ ਕਿਹੜੇ ਗਲਾਸ ਨੇ, ਲਾਈਟਾਂ ਨਹੀਂ ਅੱਗੇ ਅੱਖਾਂ 'ਚ ਪੈਂਦੀਆਂ, ਉਹ ਰੋਕਦੇ ਨੇ ਇਹ ਕਲੀਅਰ ਲੈਂਸ,
बट ये कुछ हैगा जर्मनी लेंस जर्मन के लेंस ने पता नहीं कितने थे तो ये अगर लाइट इन्नी तेज नहीं पैंती अखा च गड्डिया की करके चलाने सौखा रहता थोड़ा कित सोचो भी इन गालियां लाई हुई हैं। तो हूँ पहुँच गया आप यमुनानगर, पहला यमुनानगर आना पे टप के अपना घर तो बहुत पिछे रह गया इन छड़न मैं इन हूँ फिर वापस चले हैं। रोड सड़क टुटी पई है देखो खड्डे खड्डे हुए पे ने। चलो मिलता थानू हूँ मैं घर पहुँच के ठीक है जी ओके। हाँ जी कैमे दे लगे पापा वधिया लगे। हेलो जी पहुँच गए आप घर मैनी छड के चिड़िया हाँ देखो खासे टाइम बाद देखा होना भाई जी ए भाई जी टी शर्ट आ गई सी भाई जी दी है भाई जी। चलो ओके ये चलो मिलते हैं हूँ अगले ब्लॉग च इन्हू इतें एंड कर दे काफ़ी टाइम बाद ब्लॉग बनाया अज। चलो जी बाय।